खबर है अमृतपाल को लेकर। अमृतपाल ने एक रिकॉर्डेड वीडियो रिलीज किया है। अपने इस रिकॉर्डेड वीडियो में वो तमाम अपने साथियों को भड़काता हुआ नजर आ रहा है। इसके अलावा उसने सिख समुदाय को लेकर भी अपील की और अपील में उसने अपनी गिरफ्तारी को लेकर भी बयान दिया, जिसमें उसने कहा है कि मेरी गिरफ्तारी जो है वो ऊपर वाले के हाथ में है। क्या कुछ कहा है अमृतपाल ने, अब सीधे उसका ये वीडियो देखिए। नया वीडियो है, 18 मार्च के बाद का वीडियो बताया जा रहा है। कब का है ये कह नहीं सकते हैं, लेकिन फरार होने के बाद भगोड़े अमृतपाल ने ये वीडियो जो है रिकॉर्ड किया और रिकॉर्ड करने के बाद में अब इसे रिलीज किया गया है सोशल मीडिया प्लेटफॉर्म के जरिए। वीडियो तेजी से वायरल हो रहा है। पहली बार अमृतपाल जो है भागने के बाद, फरार होने के बाद कुछ कहता हुआ दिखाई पड़ रहा है। इससे पहले तमाम सीसीटीवी वीडियो आए थे। इसके अलावा पुलिस को जिस तरीके से वो छकाता रहा, चकमा देता रहा, उसे लेकर भी उसने बयान दिया है। उसने कहा है कि पुलिस के इतने बड़े घेरे से निकल जाना, इसके पीछे कहीं ना कहीं ऊपर वाले की कृपा है। क्या कुछ कहा है अमृतपाल ने, आप भी सुनिए। सरबत खालसा सत्या जय। मैं सिख संगतां नूं अपील करदा देशां विदेशां दे विचों जिथे जिथे भी सिख संगतां बैठियां ने ਉਹ ਵੱਧ ਚੜ੍ਹ ਕੇ ਸਰਬੱਤ ਖਾਲਸਾ ਜਿਹੜਾ ਵਿਸਾਖੀ 'ਚ ਹੋਵੇ ਉਹਦੇ 'ਚ ਹਿੱਸਾ ਪਾਉਣ ਅਤੇ ਉੱਥੇ ਸਾਡੇ ਕੌਮ ਦੇ ਮਸਲਿਆਂ ਦੀ ਗੱਲਬਾਤ ਹੋਵੇ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸਾਡੀ ਜਿਹੜੀ ਕੌਮ ਹੈ ਉਹ ਵੱਖ ਵੱਖ ਮਸਲਿਆਂ 'ਤੇ ਛੋਟੇ ਮੋਟੇ ਮੋਰਚੇ ਲਾ ਕੇ ਉਲਝ ਰਹੀ ਹੈ। ਸੋ ਸਾਨੂੰ ਇਹ ਚਾਹੀਦਾ ਵੀ ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਹੈ, ਜੇ ਫੜੋ ਫੜਾਈ ਕੀਤੀ ਗਏ ਨੌਜਵਾਨ ਅਸੀਂ ਛਡਾਉਣੇ ਹਾਂ, ਜਿਹੜਾ ਹਕੂਮਤ ਨੇ ਧੱਕਾ ਕੀਤਾ ਹੈ ਪ੍ਰਧਾਨ ਮੰਤਰੀ ਬਾਜਵਾ ਵਰਗੇ ਸਧਾਰਨ ਸਿੱਖਾਂ ਦੇ ਉੱਤੇ, ਕਿਉਂਕਿ ਉਹ ਨਿਖੰਡੇਵਾਟੇ ਦੀ ਪੌਲਿਸ਼ ਹੈਗੀ, ਸਿਰਫ ਇਸ ਕਰਕੇ ਉਹਨੂੰ NSA ਲਾ ਕੇ ਅਸਾਮ ਭੇਜਿਆ, ਮੇਰੇ ਹੋਰ ਸੰਗੀਆਂ ਸਾਥੀਆਂ ਨੂੰ ਅਸਾਮ ਭੇਜਿਆ ਗਿਆ, ਹੋਰਨਾਂ ਨੂੰ ਫੜ ਕੇ ਜੇਲ੍ਹਾਂ 'ਚ ਤੁੰਨਿਆ ਗਿਆ। ਸੋ ਇਸ ਕਰਕੇ ਇਹ ਸਿਰਫ ਜ਼ੁਲਮ ਹੈ, ਇਹ ਸਾਨੂੰ ਪਤਾ ਤਾਂ ਹੈ ਵੀ ਜਿਸ ਮਾਰਗ 'ਤੇ ਅਸੀਂ ਤੁਰੇ ਹਾਂ ਉੱਥੇ ਸਾਰਾ ਕੁਝ ਸਾਨੂੰ ਸਹਿਣਾ ਪੈਣਾ, ਪਰ ਇਹਦੇ ਖਿਲਾਫ਼ ਆਵਾਜ਼ ਚੁੱਕਣੀ ਸਾਡਾ ਕੌਮੀ ਫਰਜ਼ ਹੈ। ਸੋ ਮੈਂ ਸਾਰੀ ਸਿੱਖ ਕੌਮ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦਿਆਂ ਨੂੰ ਅਪੀਲ ਕਰਦਾ ਵੀ ਜਿਹੜਾ ਸਰਬੱਤ ਖਾਲਸਾ ਵਿਸਾਖੀ 'ਤੇ ਹੋਣਾ ਚਾਹੀਦਾ, ਜਥੇਦਾਰ ਸਾਹਿਬ ਇਸ 'ਤੇ ਗੌਰ ਕਰਨ, ਕਿਉਂਕਿ ਜਿਹੜੇ ਆਪਾਂ ਜਥੇਦਾਰ ਸਾਹਿਬ ਨੇ ਕਿਹਾ ਕਿ ਆਪਾਂ ਵਹੀਰਾਂ ਕੱਢਾਂਗੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ। ਮੇਰੀ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਵੀ ਲੋਕ ਬਹੁਤ ਜਾਗਰੂਕ ਨੇ, ਲੋਕਾਂ ਦੇ ਮਨ 'ਚ ਜਿਹੜਾ ਹਕੂਮਤ ਨੇ ਪੈ ਖੜਾ ਕੀਤਾ ਇਹਨੂੰ ਤੋੜਨ ਵਾਸਤੇ ਜ਼ਰੂਰੀ ਹੈ ਕਿ ਜਥੇਦਾਰ ਸਾਹਿਬ ਅੱਗੇ ਆ ਕੇ ਆਪ ਇਸ ਸਾਰੇ ਕਾਸੇ ਦੀ ਅਗਵਾਈ ਕਰਨ, ਹੋਰਨਾਂ ਸਮੂਹ ਸਿੱਖ ਜਥੇਬੰਦੀਆਂ, ਚਾਹੇ ਉਹ ਦਲ ਪੰਥ ਹੋਣ, ਸੰਪਰਦਾਵਾਂ ਹੋਣ, ਟਕਸਾਲਾਂ ਹੋਣ, ਜਿਹੜੀਆਂ ਵੀ ਸਿੱਖ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਨੂੰ ਮੇਰੀ ਅਪੀਲ ਹੈ ਵੀ ਉਹ ਵੀ ਇਹ ਸਰਬੱਤ ਖਾਲਸੇ 'ਚ ਵੱਧ ਚੜ੍ਹ ਕੇ ਹਿੱਸਾ ਪਾਉਣ। ਇਹ ਸਰਬੱਤ ਖਾਲਸਾ ਉਹੋ ਜਿਹਾ ਸਰਬੱਤ ਖਾਲਸਾ ਹੋਣਾ ਚਾਹੀਦਾ ਜਿੱਥੇ ਇੱਕ ਸਮੇਂ ਅਬਦਾਲੀ ਨੇ ਵੱਡਾ ਘੱਲੂਘਾਰਾ ਕੀਤਾ ਸੀ ਅਤੇ ਉਹ ਤੋਂ ਬਾਅਦ 'ਚ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ 'ਤੇ ਹੋਇਆ ਸੀ। ਉੱਥੇ ਦਰਬਾਰ ਸਾਹਿਬ ਕੋਈ ਸਿੱਖ ਐਸਾ ਨਹੀਂ ਸੀ ਜਿਹੜਾ ਘਰਾਂ 'ਚ ਰਹਿ ਗਿਆ ਹੋਵੇ, ਜਿਹੜੇ ਤੁਰ ਨਹੀਂ ਸੀ ਸਕਦੇ ਉਹ ਵੀ ਰੇੜ੍ਹ ਦੇ ਉੱਥੇ ਪਹੁੰਚੇ ਸੀ। ਸੋ ਮੇਰੀ ਸੰਗਤਾਂ ਨੂੰ ਅਪੀਲ ਹੈ ਵੀ ਜੇ ਆਪਾਂ ਪੰਜਾਬ ਦੀ ਜਵਾਨੀ ਬਚਾਉਣੀ ਹੈ, ਜੇ ਆਪਾਂ ਪੰਜਾਬ ਨੂੰ ਬਚਾਉਣਾ, ਤਾਂ ਆਓ ਇਸ ਸਰਬੱਤ ਖਾਲਸੇ ਦਾ ਜਿਹੜਾ ਹਿੱਸਾ ਬਣੀਏ ਅਤੇ ਉੱਥੇ ਆਪਣੇ ਕੌਮੀ ਹੱਕ ਜਿਹੜੇ ਆ ਉਹ ਲਈਏ। ਬਾਕੀ ਜਿਹੜੀ ਗ੍ਰਿਫਤਾਰੀ ਦੀ ਗੱਲ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਹੈ, ਮੈਂ ਚੜ੍ਹਦੀ ਕਲਾਂ 'ਚ ਹਾਂ, ਕੋਈ ਮੇਰਾ ਵਾਲ ਵਿੰਗਾ ਨਹੀਂ ਕਰ ਸਕਿਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿਖੜੇ ਪੈਂਡੇ 'ਤੇ ਤੋਰਿਆ, ਪ੍ਰੀਖਿਆ ਲਈ ਹੈ, ਪਰ ਉਸ ਮਾਲਕ ਨੇ ਜੋ ਜੀ ਪ੍ਰੀਤਮ ਨੇ ਬਹੁਤ ਸਾਥ ਦਿੱਤਾ ਹੈ, ਐਸਾ ਉਹਨੇ ਮਿਹਰ ਕਿਰਪਾ ਕੀਤੀ ਹੈ ਵੀ ਜਿਹੜੀ ਬਿਆਨ ਤੋਂ ਬਾਹਰ ਹੈ, ਏਡੇ ਵੱਡੇ ਘੇਰੇ ਤੋਂ ਨਿਕਲ ਜਾਣਾ, ਇਹ ਬੜੀ ਵੱਡੀ ਦਿਆਨਦਾਰੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਦੀ। VK News, ਰਾਸ਼ਟਰ ਕੇ ਨਾਮ।